तस्वीरां भयानक हादसे दियां ने। इत्थे एक ट्रक बिजली दे खंभे दे विच वज्जिया, जिस दे नाल ट्रक अते खंभा बुरी तरह नुकसानिया गया। दसन दे मुताबिक करीब 10 लाख दा इत्थे नुकसान होया। कंक्रीट मिक्सचर वाला यह ट्रक सी जो आउट ऑफ कंट्रोल होके 66 केवी टावर दे नाल टकरा गया। हादसे तो बाद मेन सप्लाई बंद हो गई, जिस दे नाल लोकां नूं अनेक तरह दियां समस्यावां दा सामना करना पिया। दसन दे मुताबिक ट्रक दे ड्राइवर ने शराब पीती हुई सी, जिस कारण गड्डी दा संतुलन विगड़ गया ते बिजली दे खंभे नाल यह ट्रक जा टकराया। लुधियाणा दे गिल रोड ते यह वड्डा हादसा होया। बिजली दा खंभा बुरी तरह नुकसानिया गया, नाल ही मिक्सचर वाला ट्रक आ जिहड़ा उह वी बुरी तरह नुकसानिया गया। बिजली मुलाजम दे मुताबिक 10 लाख दा नुकसान आ जिहड़ा उह होया। 66 केवी टावर दे नाल यह कंक्रीट मिक्सचर वाले ट्रक की भयानक टक्कर हुई। रात वेले की यह घटना है। करीब 10 लाख दा इत्थे नुकसान होया। दसण दे मुताबिक ट्रक दे ड्राइवर ने शराब पीती हुई सी, जिस करके ट्रक आउट ऑफ कंट्रोल हो गया ते बिजली दे खंभे नाल जा टकराया। तस्वीरां देख के तुसी अंदाजा लगा सकते हो कि किन्ना नुकसान इत्थे होया होना। गनीमत रही कि जानी नुकसान तो बचा रहा, पर बिजली दा खंभा ते ट्रक बुरी तरह नुकसानिया गया। 12:30 बजे रात नूं क्रशर वाला ट्रक जी बजिया जी, उन्हें आउट ऑफ कंट्रोल हो गया, टावर च बजिया, टावर का बेस भी पटता उतो जी। तो सर कि नुकसान होया जरा जी? नुकसान जो आप वैसे देखिए 8-10 लाख का नुकसान तो वैसे ही है, यह डायरैक्ट जो है, पर इनडायरैक्ट लॉस बहुत है, जो बिजली सप्लाई साड़ी बंद रहनी है किन्ने चर। तो सर की नशे की हालात से किस तरह से? हाँ जी, नशे की हालात से पुलिस वाले ने दसिया भी नशे किया गया, उन्होंने मेडिकल भी कराया, उसकी रिपोर्ट तो नहीं साढ़े को, पता लगे भी नशे की हालत से। तो सर यह लाइन कही थी सर? ਇਹ ਸਾਡੀ ਜੀ ਇੱਧਰੋਂ ਗਿੱਲ ਰੋਡ ਸਬ ਸਟੇਸ਼ਨ ਤੋਂ ਬਸੰਤ ਪਾਰਕ ਜਾਂਦੀ ਹੈ। ਅਤੇ ਬਹਾਲੀ ਕਦ ਤੱਕ ਹੋ ਜਾਏਗੀ ਸਰ ਲਾਈਟ ਦੀ? ਬਹਾਲੀ ਕੋਸ਼ਿਸ਼ ਕਰ ਰਹੇ, ਬਹਾਲੀ ਵੈਸੇ ਤਾਂ ਅਸੀਂ ਦੂਸਰੇ ਸੋਰਸ ਤੋਂ ਦੇ ਦਿੱਤੀ ਹੈ, ਪਰ ਥੋੜ੍ਹਾ ਜਿਹਾ ਉਹਦੇ ਨਾਲ ਰਿਸਟ੍ਰਿਕਟਡ ਲੋਡ ਚੱਲੂਗਾ। ਕੋਈ ਸਰ ਜਾਨੀ ਮਾਨੀ ਨੁਕਸਾਨ? ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਮਾਲੀ ਨੁਕਸਾਨ ਤੁਹਾਨੂੰ ਦੱਸ ਹੀ ਦਿੱਤਾ। ਤਸਵੀਰਾਂ ਭਿਆਨਕ ਹਾਦਸੇ ਦੀਆਂ ਨੇ। ਇੱਥੇ ਇੱਕ ਟਰੱਕ ਬਿਜਲੀ ਦੇ ਖੰਭੇ ਦੇ ਵਿੱਚ ਵੱਜਿਆ, ਜਿਸ ਦੇ ਨਾਲ ਟਰੱਕ ਅਤੇ ਖੰਭਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸਣ ਦੇ ਮੁਤਾਬਿਕ ਕਰੀਬ 10 ਲੱਖ ਦਾ ਇੱਥੇ ਨੁਕਸਾਨ ਹੋਇਆ। ਕੰਕਰੀਟ ਮਿਕਸਚਰ ਵਾਲਾ ਇਹ ਟਰੱਕ ਸੀ ਜੋ ਆਊਟ ਆਫ ਕੰਟਰੋਲ ਹੋ ਕੇ 66 ਕੇਵੀ ਟਾਵਰ ਦੇ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਮੇਨ ਸਪਲਾਈ ਬੰਦ ਹੋ ਗਈ, ਜਿਸ ਦੇ ਨਾਲ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦੱਸਣ ਦੇ ਮੁਤਾਬਿਕ ਟਰੱਕ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਇਹ ਟਰੱਕ ਜਾ ਟਕਰਾਇਆ। ਲੁਧਿਆਣਾ ਦੇ ਗਿੱਲ ਰੋਡ 'ਤੇ ਇਹ ਵੱਡਾ ਹਾਦਸਾ ਹੋਇਆ। ਬਿਜਲੀ ਦਾ ਖੰਭਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਨਾਲ ਹੀ ਮਿਕਸਚਰ ਵਾਲਾ ਟਰੱਕ ਆ ਜਿਹੜਾ ਉਹ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬਿਜਲੀ ਮੁਲਾਜ਼ਮ ਦੇ ਮੁਤਾਬਿਕ 10 ਲੱਖ ਦਾ ਨੁਕਸਾਨ ਆ ਜਿਹੜਾ ਉਹ ਹੋਇਆ। 66 ਕੇਵੀ ਟਾਵਰ ਦੇ ਨਾਲ ਇਹ ਕੰਕਰੀਟ ਮਿਕਸਚਰ ਵਾਲੇ ਟਰੱਕ ਦੀ ਭਿਆਨਕ ਟੱਕਰ ਹੋਈ। ਰਾਤ ਵੇਲੇ ਦੀ ਇਹ ਘਟਨਾ ਹੈ। ਕਰੀਬ 10 ਲੱਖ ਦਾ ਇੱਥੇ ਨੁਕਸਾਨ ਹੋਇਆ। ਦੱਸਣ ਦੇ ਮੁਤਾਬਿਕ ਟਰੱਕ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਟਰੱਕ ਆਊਟ ਆਫ ਕੰਟਰੋਲ ਹੋ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਨੁਕਸਾਨ ਇੱਥੇ ਹੋਇਆ ਹੋਣਾ। ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਬਿਜਲੀ ਦਾ ਖੰਭਾ ਅਤੇ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। 12:30 ਵਜੇ ਰਾਤ ਨੂੰ ਜਿਹੜਾ ਕ੍ਰਸ਼ਰ ਵਾਲਾ ਟਰੱਕ ਜੀ ਬੱਜਿਆ ਜੀ, ਉਹਨੇ ਉਹਦਾ ਆਊਟ ਆਫ ਕੰਟਰੋਲ ਹੋ ਗਿਆ, ਟਾਵਰ 'ਚ ਵੱਜਿਆ, ਟਾਵਰ ਦਾ ਬੇਸ ਵੀ ਪੱਟਤਾ ਉੱਥੋਂ ਜੀ। ਅਤੇ ਸਰ ਕਿੱਡਾ ਕੁ ਨੁਕਸਾਨ ਹੋਇਆ ਜਿਹੜਾ ਜੀ? ਨੁਕਸਾਨ ਜੇ ਆਪਾਂ ਵੈਸੇ ਦੇਖੀਏ 8-10 ਲੱਖ ਦਾ ਨੁਕਸਾਨ ਤਾਂ ਵੈਸੇ ਹੀ ਹੈਗਾ, ਇਹ ਡਾਇਰੈਕਟ ਜਿਹੜਾ ਹੈਗਾ, ਪਰ ਇਨਡਾਇਰੈਕਟ ਲੋਸ ਬਹੁਤ ਆ, ਜਿਹੜੇ ਬਿਜਲੀ ਸਪਲਾਈ ਸਾਡੀ ਬੰਦ ਰਹਿਣੀ ਹੈ ਕਿੰਨੇ ਚਿਰ। ਅਤੇ ਸਰ ਕੀ ਨਸ਼ੇ ਦੀ ਹਾਲਾਤ 'ਚ ਸੀ, ਕਿਸ ਤਰ੍ਹਾਂ ਸੀ? ਹਾਂਜੀ, ਨਸ਼ੇ ਦੀ ਹਾਲਾਤ 'ਚ ਸੀ, ਪੁਲਿਸ ਵਾਲਿਆਂ ਨੇ ਦੱਸਿਆ ਵੀ ਨਸ਼ੇ ਕੀਤਾ ਪਿਆ ਸੀ, ਉਹਨਾਂ ਨੇ ਮੈਡੀਕਲ ਵੀ ਕਰਾਇਆ, ਉਹਦੀ ਰਿਪੋਰਟ ਤਾਂ ਨਹੀਂ ਸਾਡੇ ਕੋਲ, ਪਰ ਪਤਾ ਲੱਗਿਆ ਵੀ ਇਹ ਨਸ਼ੇ ਦੀ ਹਾਲਤ ਸੀ। ਅਤੇ ਸਰ ਇਹ ਲਾਈਨ ਕਿਹੜੀ ਸੀਗੀ ਸਰ? ਇਹ ਸਾਡੀ ਜੀ ਇੱਧਰੋਂ ਗਿੱਲ ਰੋਡ ਸਬ ਸਟੇਸ਼ਨ ਤੋਂ ਬਸੰਤ ਪਾਰਕ ਜਾਂਦੀ ਹੈ। ਅਤੇ ਬਹਾਲੀ ਕਦ ਤੱਕ ਹੋ ਜਾਏਗੀ ਸਰ ਲਾਈਟ ਦੀ? ਬਹਾਲੀ ਕੋਸ਼ਿਸ਼ ਕਰ ਰਹੇ, ਬਹਾਲੀ ਵੈਸੇ ਤਾਂ ਅਸੀਂ ਦੂਸਰੇ ਸੋਰਸ ਤੋਂ ਦੇ ਦਿੱਤੀ ਹੈ, ਪਰ ਥੋੜ੍ਹਾ ਜਿਹਾ ਉਹਦੇ ਨਾਲ ਰਿਸਟ੍ਰਿਕਟਡ ਲੋਡ ਚੱਲੂਗਾ।
ਕੋਈ ਸਰ ਜਾਨੀ ਮਾਨੀ ਨੁਕਸਾਨ? ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਮਾਨੀ ਨੁਕਸਾਨ ਤੁਹਾਨੂੰ ਦੱਸ ਹੀ ਦਿੱਤਾ।